ਦੀ ਹਾਲਤ ਬਿਲਕੁਲ ਸਹੀ ਸੀ ਤੇ ਐਵੇਂ ਖੜਕਾ ਜਾ ਹੋਇਆ ਤੇ ਫਿਰ ਅਸੀਂ ਆ ਕੇ ਦੇਖਿਆ ਬਹੁਤ ਜ਼ੋਰ ਦੀ ਤੇ ਜਿਹੜਾ ਨਾ ਸਲੇਪ ਅਸਲਾਮ ਅਲੈਕੁਮ ਵੈਲਕਮ ਬੈਕ ਟੂ ਦੀ ਵਲੌਗ ਇਨੀ ਦਾ ਕੇ ਸਬਿਕਾ ਕੋਣ ਜੇ ਅੱਲਾ ਦੇ ਫਜ਼ਲ ਤੋਂ ਤੇ ਮਾਕਰਾ ਦੇ ਲੋ ਜਿਹੜਾ ਨਾ ਬਾਰਿਸ਼ ਹੋ ਰਹੀ ਆ ਤਕਰੀਬਨ ਘੰਟਾ ਹੋਣੇ ਵਾਲਾ ਜਿਹੜਾ ਬਦਖਾ ਵੀ ਨਾ ਬਾਰਿਸ਼ ਦੇ ਵਿੱਚ ਨਾ ਨਹਾ ਰਹੀ ਆ ਤੇ ਜਾਨਵਰ ਅਸੀਂ ਅੰਦਰ ਕਰ ਲਈ ਤੇ ਪਾਣੀ ਦੇਖ ਲਓ ਜਿਹਦਾ ਨਾ ਖਲ ਨਹੀਂ ਜਾ ਰਿਹਾ ਅੰਦਰ ਪਾਣੀ ਦਾ ਐਵੇਂ ਪਾਣੀ ਆ ਥੱਲੇ ਤੇ ਬਾਰਿਸ਼ ਵੀ ਬਹੁਤ ਜ਼ਿਆਦਾ ਤੇਜ਼ ਹੋ ਰਹੀ ਆ ਤੇ ਜਾਨਵਰ ਅਸੀਂ ਜਿਹੜਾ ਨਾ ਅੰਦਰ ਬੰਨ ਦਿੱਤੇ ਆ ਜਾਨਵਰ ਖੜੇ ਸਕੂਨ ਦੇ ਵਿੱਚ ਬਸ ਦੁਆ ਕਰੋ ਕਿ ਨਾ ਚੂਜੀ ਕਰ ਸਕਦੇ ਕਿਉਂਕਿ ਇਹਨਾਂ ਨੂੰ ਚਾਰਾ ਵਗੈਰਾ ਵੀ ਪਾਉਣਾ ਹੈ ਇਹਨਾਂ ਵਾਸਤੇ ਰੱਖਣਾ ਹੋਵੇ ਤੇ ਜਿਹੜਾ ਨਾ ਸਾਡੀ ਮੁਰਗੀਆਂ ਵਗੈਰਾ ਜਿਹੜੀਆਂ ਸੀ ਨਾ ਥੱਲੇ ਇੱਥੇ ਟਰੈਕਟਰ ਥੱਲੇ ਬੈਠੀਆਂ ਸਟੋਰਾਂ ਵੀ ਥੱਲੇ ਆ ਗਈਆਂ ਕੱਲ੍ਹ ਇਹ ਵੈਕਸੀਨ ਇਹਨਾਂ ਦਿਮਾਗ ਮੇਰਾ ਬਹੁਤ ਜ਼ਿਆਦਾ ਫਿਰਿਆ ਹੋਇਆ ਸੀ ਗਰਮ ਹੋਇਆ ਸੀ ਮਿਲਦਾ ਇਹਨਾਂ ਨੂੰ ਬਹੁਤ ਜ਼ਿਆਦਾ ਗਰਮੀ ਚੜ੍ਹਦੀ ਅਤੇ ਹੁਣ ਜਿਹੜਾ ਨਾ ਬਾਰਿਸ਼ ਹੋ ਰਹੀ ਆ ਘੰਟਾ ਹੋ ਗਿਆ ਨਾ ਆ ਰਹੀਆਂ ਅਤੇ ਹੁਣ ਜਿਹੜਾ ਦਿਮਾਗ ਮੇਰਾ ਠੰਡਾ ਆਇਆ ਹੁਣ ਨਹੀਂ ਬੋਲ ਰਹੀਆਂ ਹੈਗੀਆਂ ਇਹ ਤਾਂ ਹੈ ਜਿਹੜਾ ਨਾ ਘਰ ਦੇ ਵਿੱਚ ਹਵੇਲੀ ਦੇ ਵਿੱਚ ਜਿਹੜਾ ਨਾ ਪਾਣੀ ਦਾ ਸੀਨ ਇਹ ਆ ਅਤੇ ਬਾਹਰ ਨੂੰ ਨਹਾਉਂਦੇ ਆ ਬਾਹਰ ਦਾ ਕੀ ਸੀਨ ਚੱਲ ਰਿਹਾ ਇਸ ਟਾਈਮ ਘੰਟਾ ਹੋ ਗਿਆ ਜਿਹੜਾ ਨਾ ਮੱਥਾ ਨਹਾ ਰਹੀ ਸੀ ਅਤੇ ਹਜੇ ਵੀ ਜਿਹੜਾ ਨਾ ਜਿਹੜਾ ਬਸ ਪਾਣੀ ਰਾਹ 'ਤੇ ਉੱਥੇ ਜਾ ਕੇ ਨਹਾ ਰਹੀ ਹੈ ਕੰਮ ਰਹੀ ਹਾਂ ਅਤੇ ਫਿਰ ਵੀ ਇਹਨਾਂ ਨੂੰ ਸਰਦੀ ਨਹੀਂ ਲੱਗ ਰਹੀ ਹੈਗੀ ਅਤੇ ਉਹ ਦੇਖ ਲਓ ਸਾਹਮਣੇ ਨਹਾ ਰਹੀ ਹਾਂ ਅਤੇ ਇਹਨੂੰ ਜ਼ੁਕਾਮ ਹੋ ਚੱਲਿਆ ਅਤੇ ਮੈਨੂੰ ਨਾ ਚਿੱਕਾ ਨਹੀਂ ਮੇਰੀ ਰੁਕ ਨਹੀਂ ਹੈਗੀ ਅਤੇ ਇਹਨਾਂ ਨੂੰ ਦੇਖ ਲਓ ਅਤੇ ਜਾ ਕੇ ਫਿਰ ਨਹਾਉਣ ਲੱਗ ਗਈਆਂ ਉੱਥੇ ਪਾਣੀ ਦੇ ਵਿੱਚ ਅਤੇ ਚਕੋਰਾਂ ਵੀ ਥੱਲੇ ਜਾ ਕੇ ਬਹਿ ਗਈਆਂ ਉਹ ਵੀ ਨਹਾਉਣ ਲੱਗ ਗਈ ਬੜੀ ਖੁਸ਼ ਹੋ ਰਹੀ ਹੈ ਦੀਵਾਰਾਂ ਵੀ ਨਾ ਸਿਮਣ ਲੱਗ ਗਈਆਂ ਬਾਰਿਸ਼ ਨੀ ਤੇਜ਼ ਹੋ ਰਹੀ ਆ ਤੇ ਜਿੱਥੇ ਜ਼ਮੀਨ ਕਟਾਓ ਤੇ ਕਟਾਰ ਹੋ ਜਾਂਦੀ ਹੈ ਤੇ ਦੀਵਾਰਾਂ ਕੀ ਜੀਵਨਾ ਛੱਤਾਂ ਕੀ ਜੀਵਨਾ ਫਿਲਹਾਲ ਮੈਂ ਛਾਤੇ ਆ ਛਾਤੇ ਆ ਕੇ ਦੇਖਿਆ ਤੇ ਬਾਰਾਂ ਜਿਹੜਾ ਨਾ ਥੰਮ ਚੁੱਕੀ ਆ ਹਰ ਪਾਸੇ ਸਨਾਟਾ ਹੀ ਸਨਾਟਾ ਅਤੇ ਸਿਰਫ ਬਾਰਿਸ਼ ਦੀ ਆਵਾਜ਼ ਹੀ ਆਉਂਦੀ ਆ ਅਤੇ ਮੁੰਜੀ ਦੇਖ ਲਓ ਪਾਣੀ ਕਿੰਨਾ ਹੋ ਚੱਲਿਆ ਅਗਰ 15-20 ਮਿੰਟ ਹੋਰ ਬਾਰਿਸ਼ ਪੈਂਦੀ ਤਾਂ ਪਾਣੀ ਬਾਹਰ ਆਉਣਾ ਸੀ ਖੇਤਾਂ ਦੇ ਵਿੱਚੋਂ ਪੱਤਲ ਜਿਹੜਾ ਨਾ ਹਜੇ ਵੀ ਕੜਕ ਰਿਹਾ ਸਾਡੀ ਦੁਆ ਹੈ ਕਿ ਅੱਲਾ ਤਾਲਾ ਨਾ ਰਹਿਮਤ ਹੀ ਬਾਰਿਸ਼ ਕਰਵੇ ਅੱਜ ਜਿਹੜਾ ਨਾ ਬਾਰਿਸ਼ ਫੁੱਲ ਰੁਕ ਚੁੱਕੀ ਹੈ ਅਤੇ ਅਸਮਾਨ ਵੀ ਹਲਕਾ ਹਲਕਾ ਸਾਫ਼ ਹੋ ਰਿਹਾ ਅਤੇ ਬੱਕਰੀਆਂ ਜਿਹੜੀਆਂ ਨਾ ਬਾਹਰ ਆ ਚੁੱਕੀ ਹੈ ਅਤੇ ਜਾਨਵਰ ਵੀ ਜਿਹੜਾ ਨਾ ਇੰਜੋਏ ਕਰ ਰਹੇ ਹਾਂ ਪਰ ਇੱਕ ਮਸਲਾ ਹੋ ਗਿਆ ਤੁਹਾਨੂੰ ਮਸਲਾ ਦਿਖਾਉਂਦੇ ਮਸਲਾ ਹੈ ਕਸ਼ਮੀਰ ਹੋ ਚੁੱਕਿਆ ਮਸਲਾ ਇਹ ਹੋ ਚੁੱਕਿਆ ਕਿ ਖੂਹ ਦੇ ਪਾਣੀ ਚੈੱਕ ਕਰੋ ਕਿੱਥੇ ਤੱਕ ਪਾਣੀ ਆ ਗਿਆ ਖੂਹ ਦੇ ਵਿੱਚ ਸਾਰੀ ਤਰੇੜ ਆ ਗਈ ਅਤੇ ਦੀਵਾਰ ਵੀ ਗਿਰ ਗਈ ਅਤੇ ਸਾਰਾ ਪਾਣੀ ਦੇ ਵਿੱਚ ਜਮ੍ਹਾਂ ਹੋ ਗਿਆ ਬਹੁਤ ਵਜੇ ਵੀ ਜਿਹੜਾ ਨਾ ਪਾਣੀ ਥੱਲੇ ਗਿਰ ਰਿਹਾ ਅਤੇ ਇਸ ਜਗ੍ਹਾ ਜਿਹੜਾ ਨਾ ਸੱਪ ਆ ਇੱਕ ਉਹ ਥੱਲੀ ਸਾਈਡ ਦੇ ਸੱਪ ਮਾਰਨ ਦੀ ਕੋਸ਼ਿਸ਼ ਕਰੀ ਉਹ ਬਾਹਰ ਨਹੀਂ ਨਿਕਲਿਆ ਹੈਗਾ ਉਸ ਜਗ੍ਹਾ 'ਤੇ ਨਾ ਸੱਪ ਸੀ ਅਤੇ ਅਸੀਂ ਬਾਹਰ ਕੱਢਣ ਦੀ ਬੜੀ ਕੋਸ਼ਿਸ਼ ਕੀਤੀ ਅਤੇ ਉਹ ਵੀ ਨਹੀਂ ਨਿਕਲਿਆ ਅਤੇ ਇੱਥੇ ਇੱਕ ਵੱਡਾ ਸਾਰਾ ਸੱਪ ਆ ਅਤੇ ਉਹ ਵੀ ਬਾਹਰ ਨਿਕਲਦਾ ਜਿੱਦਾਂ ਅਤੇ ਜਿਹੜਾ ਨਾ ਹੁਣ ਜਾਨਵਰ ਵਾਸਤੇ ਥੋੜ੍ਹਾ ਜਿਹਾ ਨਾ ਮੁਸ਼ਕਿਲ ਹੈ ਕਿਉਂਕਿ ਅਗਰ ਕੋਈ ਜਾਨਵਰ ਵਗੈਰਾ ਇੱਧਰ ਆਉਂਦਾ ਨਾ ਅਤੇ ਉਹਦੇ ਵਾਸਤੇ ਖਤਰ ਹੁਣ ਜਿਹੜਾ ਨਾ ਖੂਹ ਦੇ ਨੇੜੇ ਉਹਨਾਂ ਨਾਲ ਖਤਰੇ ਤੋਂ ਖਾਲੀ ਨਹੀਂ ਹੈਗਾ ਕਿਉਂਕਿ ਹਰ ਪਾਸੇ ਤਰੇੜਾਂ ਤਰੇੜਾਂ ਹੋਈਆਂ ਅਤੇ ਇੱਟਾਂ ਵੀ ਕਿਸੇ ਟਾਈਮ ਵੀ ਨਾ ਇੱਟਾਂ ਥੱਲੇ ਗਿਰ ਸਕਦੀਆਂ ਬਹੁਤ ਜ਼ਿਆਦਾ ਇੱਟਾਂ ਵਿੱਚ ਥੱਲੇ ਗਿਰ ਗਈਆਂ ਅਤੇ ਜਿਹੜਾ ਨਾ ਬਹੁਤ ਖਤਰਨਾਕ ਕੰਮ ਹੋਇਆ ਵਾ ਅਤੇ ਜਾਨਵਰ ਵਾਸਤੇ ਨਾ ਬਹੁਤ ਮਸਲਾ ਬਣਦਾ ਕਿਉਂਕਿ ਜਾਨਵਰ ਵਗੈਰਾ ਇੱਧਰ ਨੇੜੇ ਤੇ ਹੁੰਦੇ ਨਾ ਬੱਕਰੀਆਂ ਖੁੱਲ੍ਹੀਆਂ ਹੁੰਦੀਆਂ ਅਤੇ ਉਹਨਾਂ ਵਾਸਤੇ ਕੰਮ ਖਰਾਬ ਹੋ ਸਕਦਾ ਇਸ ਹਿਸਾਬ ਨਾਲ ਅੰਦਾਜ਼ਾ ਲਾਓ ਅਤੇ ਖੂਹ ਵੀ ਭਰਿਆ ਅਤੇ ਤਰੇੜਾ ਵੀ ਭਰੀ ਹੈ ਅਤੇ ਖੂਹ ਦੀ ਦੀਵਾਰ ਵੀ ਗਿਰ ਗਈ ਹੈ ਅਤੇ ਕਿੰਨੀ ਬਾਰਿਸ਼ ਹੋਈ ਹੋਣੀ ਇਨਸ਼ਾਅੱਲਾ ਜਿਹੜਾ ਨਾ ਰਹਿਮਤ ਦੀ ਬਾਰਿਸ਼ ਆਵੇ ਅਤੇ ਜਿੱਦਾਂ ਹੀ ਥੋੜ੍ਹਾ ਜਿਹਾ ਨਾ
खुरली ते नाल नाल जिहड़ी जगह सुकदी ना उवें फिर जिहड़ा ना जानवरां नूं बन्नांगे ते पट्ठे पावांगे। इंजॉय कर रहे हैं फिर कोई नहीं। चौधरी भी जरा ना बाहर आ चुके ते फल मौज दे विच। चौधरी 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 फल खुश है ते हल्का हल्का गिला है ते बकरी नूं पानी इन्ना पसंद नहीं है ते हुण जरा ना फिर वापसी जा रहे अंदर। जिद्दां ही थोड़ा ना खुली वगैरह सुकदी ते पानी वगैरह खुश्क होंदा ते इन्हां नूं जिहड़ा चारा लाइट आ चुकी है ते चारा कुतर के ना फिर इन्हां नूं चारा पाउंदे छोटे छोटे पाने बाहर तो थोड़ा मुझे है ना नज़ारा दिखाने बारिश तो बाद ज़्यादा बारिश तो डर नहीं लगता जरा बारिश तो बाद जो ना फिसलन हो जाती है ना इस तो बहुत ज़्यादा डर लगता है। जो बारिश होंगी है उस टाइम बंदा अगर चले ना बारिश के पानी के पानी जिनी मर्जी बारिश हो पता स्लिप नहीं होता है जो उस तो बाद जो चिकड़ हो जाता गारा हो जाता ना फिर जो ना बंदा स्लिप हो जाता ते आ देख लो मौजी किन्ना किन्ना पानी खड़ा हो गया। मौजी वास्ते तो फायदा बाकी कपास जो होता ना कपास वगैरह उन्होंने वास्ते नुकसान होता। जगह ना बारिश अगर हो गए ना तो पानी अगर खड़ा रहे दो तीन घंटे इन्ने तो लंघ जाने तो सड़क जी ना खुश्क हो जाती है तो जो इदा जो ट्रैक्टर लंघ जाए ना एक बार ट्रैक्टर का बेड़ा ना ट्रैक्टर का भी बेड़ा गर्क हो जाता ना सड़क का भी बेड़ा गर्क हो जाता सड़क का सत्यानाश हो जाता लंघन वास्ते रस्ता नहीं बचा होना तो नाले कम दे रहे जरा ना हुण मुंजी च पानी ज़्यादा हो गया पहले इन्होंने पानी लाया तो मुंजी च हुण पानी फुल हो चुके हैं हुण मुंजी चो पानी कढ़दे फिरदे आ तकरीबन जिहड़ा ना इहदे विच पानी खड़ा सी तकरीबन मेरे गोडे गोडे जिहड़ा आउणा पानी ते हुण जिहड़ा ना इत्थे टुक्का कर गईआं ते पानी कढ़ रहे इधर ज्वार दे विच ते पानी क्योंकि जे इहने बूटा नहीं ना मारिया जे ते इस वजह ने जिहड़ा ना पानी ज़्यादा दे पास इहनूं बहुत ज़्यादा नुकसानदेह होना। अच्छा लाइट आई सी ते असीं जिहड़ा ना सोचदे सी कि ना पट्ठे कुतर लईए तो असं सोच रहे कि भी करंट शंट ना ला जाए अर्थ वगैरह ना लगे तो बस इस चक्कर के लगे थोड़ा ना इंतजाम इंतजाम साफ सुफ कर रहे थे तो बस उदू पता लग गया असी बटन से तरह लाइट ही चली गई तो सानू इस चीज़ का फायदा हो गया पाकिस्तानी ना कि सानू करंट नहीं लग सकता। ये बड़ी अच्छी बात कही है। अच्छा जी असं निकले से घरों डीजल लैन वास्ते तो मैं अगर तुम रस्ता दिखाई जावा तो माशल जरा ना आ रस्ता जो असं पार कर लिया तो डीजल असी लिया किलन क्योंकि मोटरसाइकिल से तो आने के काबिल नहीं सी मोटरसाइकिल सुनी के दसा दसी तो जरा ना 600 लगता इसलिए ना अस हम पैदल ही जरा ना सफर कर रहे हैं। फाइनली जरा डीजल लै गया पहुंच चुके हैं तो चाचू गड्डी नेड़े कर रहे हैं तो फिर जाना डीजल पाने जानवर चारा वगैरह भी पा दिता तो जरा ना अच्छा साढ़ा ना माशाल्लाह ना साइड तक कितना कुछ जगह से बाकी जानवर जरा ना बांधी थे ताकि खा लेना तो फिर शाम के टाइम ना फिर इन्होंने अंदर बन्नांगे क्योंकि हालात काफ़ी खराब है तो बारिश ही होने के इम्कान है गए बदल पहले खत्म हो गए से हम दोबारा फिर बदल हो गए। क्यों रहा हमारा चौधरी 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 हंस के वखा हाँ जी कदे हस भी लिया करो। हाँ जी
ਇਨਸ਼ਾਅੱਲਾ ਚੌਧਰੀ ਨੂੰ ਖਾਰਿਸ਼ ਹੋ ਰਹੀ ਹੈ ਤੇ ਚੌਧਰੀ ਨਾਲ ਨਾ ਖਾਰਿਸ਼ ਲੱਗਿਆ ਹੋਇਆ ਸੀਗਾ ਚਾਰ ਪੰਜ ਦਿਨਾਂ ਰਗੜਨ ਲੱਗਿਆ ਸੀ ਆਪਣੇ ਜਿਸਮ ਨੂੰ ਇਹਨਾਂ ਦਾ ਲੱਗਦਾ ਫਿਰ ਦਿਮਾਗ ਗਰਮ ਹੋ ਗਿਆ ਇਹਨਾਂ ਦਾ ਬਾਰਿਸ਼ ਹੋ ਗਈ ਤੇ ਦਿਮਾਗ ਇਹਨਾਂ ਦਾ ਕੱਲ੍ਹ ਤੋਂ ਦਾ ਫਿਰ ਹੋ ਗਿਆ ਸੋ ਜੀ ਅੱਜ ਦਾ ਜਿਹੜਾ ਨਾ ਵਲੋਗ ਦਾ ਆਪਾਂ ਇੱਕ ਖਤਮ ਕਰਦੇ ਹਾਂ ਤੇ ਜਿਹੜਾ ਨਾ ਬੱਦਲ ਇੱਥੇ ਦਾ ਜਿਹੜਾ ਬੱਦਲ ਸੀ ਨਾ ਪਹਿਲੇ ਟਰੈਵਲ ਕਰਕੇ ਇੱਧਰਲੀ ਸਾਈਡ ਤੋਂ ਚਲਾ ਗਿਆ ਤੇ ਹੁਣ ਜਿਹੜਾ ਨਾ ਫਿਰ ਪਿੱਛੋਂ ਬੱਦਲ ਆਇਆ ਤੇ ਮਾਸ਼ਾਅੱਲਾ ਅਸਮਾਨ ਫਿਰ ਢੱਕ ਹੋ ਗਿਆ ਤੇ ਬੱਦਲ ਦੇ ਅਸਾਰ ਤੋਂ ਲੱਗ ਰਿਹਾ ਕਿ ਸ਼ਾਮ ਨੂੰ ਨਾ ਬਾਰਿਸ਼ ਹੋਏਗੀ ਤੇ ਅਗਰ ਹੋਵੇ ਵੀ ਤੇ ਅੱਲਾਹ ਤਾਲਾ ਦੀ ਰਹਿਮਤ ਤੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਇਨਸ਼ਾਅੱਲਾ ਜ਼ਰੂਰ ਪਸੰਦ ਆਏਗਾ ਤੇ ਸਾਡੀ ਦੁਆ ਹੈ ਕਿ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਖੈਰ ਬਾਦ ਰੱਖੇ ਤੇ ਅੱਜ ਦੇ ਵਲੋਗ ਦਾ ਅਸੀਂ ਕਰਦੇ ਹਾਂ ਐਂਡਿੰਗ ਇਨਸ਼ਾਅੱਲਾ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਉਦ ਤੱਕ ਸਾਨੂੰ ਆਪਣੀ ਦੁਆ ਯਾਦ ਰੱਖਿਓ ਇਨਸ਼ਾਅੱਲਾ ਅੱਲਾਹ ਹਾਫਿਜ਼।